ਹਮੇਸ਼ਾ ਬੇਨਤੀ ਕਰਦਾ ਤੇਰੀ ਜੈਕਾਰੇ ਦੀ ਆਵਾਜ਼ ਨਾ ਦਿੱਲੀ ਦੇ ਤੱਕ ਤੱਕ ਪਹੁੰਚਣੀ ਚਾਹੀਦੀ ਹੈ। ਜੇ ਮੋਰਚਾ ਜਿੱਤ ਲਏ ਤਾਂ ਮਤਲਬ ਇਹ ਕਿ ਢਿੱਲੇ ਪੈ ਜਾਣਾ ਕਿਸਾਨੀ ਮੋਰਚਾ। ਮੋਦੀ ਦੇ ਦਿਲ ਨੂੰ ਧੂਪ ਪੈ ਜਾਣੀ ਚਾਹੀਦੀ ਹੈ। ਸਿੱਖ ਅੱਜ ਵੀ ਜਿੱਥੇ ਬੈਠੇ ਆ ਨਾ ਚੜ੍ਹਦੀ ਕਲਾ ਦੇ ਜੈਕਾਰੇ ਲਾਉਂਦੇ ਆ ਸਾਰੇ। ਆਓ ਜੈਕਾਰੇ ਨਾਲ ਆਵਾਜ਼ ਸਾਰੇ ਨੇ ਭਰਵੀਂ ਆਵਾਜ਼ ਦੇਣਾ, ਕੋਈ ਵੀ ਰਸਤਾ ਨਾ ਕਰਨਾ।